हलका रोपड़ दे विच घूम रहे हैं, पिंड कनौली विच खड़े हैं। विजन पंचायत अज इत्थे लगूगी, अज पिछले 5 सालां दे विच की कुछ लग्या, बदलाव लग्या थोड़ा पिंड दे विच होया? भाजी विकास तो पता नहीं, बकवास बहुत हुंदा आ रहा काफ़ी टाइम तो। ना आया तो है नहीं, गया सारा कुछ है जी, बस लॉकडाउन ने लगे दिता सानू, कोई कुछ नहीं दिता इन्होंने। करोना स्कूलों जा रहा जी, लीडरां दीआं रैलियां च कोई करोना नहीं हैगा। कांग्रेस सरकार ने वधिया लाती होनियां नौकरियां, हुण तां कहिंदे स्मार्टफोन भी वंडे ने पिछे किसे सामने ही है। सारे ग्रेजुएशन की है, किसी ने मास्टर डिग्री की है, सारे वेले घूमते जी, किसी कोई नौकरी नहीं। काम कार मिलना चाहिए लोगों को, बेरोजगार फिरते नौजवान नशियां ते लाते। जे पढ़ लिख के ये सवाल पुछूंगे इन्हां नूं चिट्टे ते ला दो, कोई नशियां ते ला दो, भी ये खत्म हो जाए बस। पंजाब नूं खत्म करन ते साजिश चलदी है, लोग मगर लगे हुए आ, इसलिए बदलाव चाहुंदे हुण असीं। कोई टैस्ट नहीं, कोई एंट्रेंस नहीं हुंदा, जिन्ने मर्जी टैस्ट दे लो पहले ही बिक लेंदे जी सीटां। बिजनेस खोलना फिर किता अपना ही अपना लिए, कहिंदे सरकारां तों आस नहीं हैगी, आप ही खोल लिए कोई काम है। नहीं, इत्थे तां औखा ही लगदा वी खुलूंगा, बारे देखदे जे बारे पहला करूंगे अगे मास्टर्स, फिर उत्थे बिजनेस देखूंगे। मेन प्रॉब्लम जी एजुकेशन दी ते हेल्थ दी, अनएम्प्लॉयमेंट दी, बाकी पैसे दी रही गल, पैसा तां जी किसे दी जेब विच ही छड्डिया ही नहीं ना हैगा। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਰਹਿ ਗਏ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਆ ਲੋਕਾਂ ਉੱਤੇ ਆਪਣਾ ਵਿਸ਼ਵਾਸ ਕਾਇਮ ਕਰ ਲਿਆ ਜਾਵੇ। ਹਲਕਾ ਰੋਪੜ ਦੇ ਵਿੱਚ ਘੁੰਮ ਰਹੇ ਆ, ਪਿੰਡ ਕਨੌਲੀ ਵਿੱਚ ਖੜੇ ਆ, ਵਿਜ਼ਨ ਪੰਚਾਇਤ ਅੱਜ ਇੱਥੇ ਲੱਗੂਗੀ। ਅੱਜ ਇੱਥੇ ਲੋਕਾਂ ਤੋਂ ਜਾਣਾਂਗੇ ਕਿ ਅਸਲ ਮੁੱਦਿਆਂ ਦੀ ਲੜਾਈ ਹੈ ਜਾਂ ਫਿਰ ਚਿਹਰਿਆਂ ਦੀ ਲੜਾਈ ਹੈ। ਚਿਹਰਿਆਂ ਦੇ ਉੱਤੇ ਇਸ ਵਾਰ ਵੋਟਾਂ ਪੈਣਗੀਆਂ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਵੋਟਾਂ ਪੈਣਗੀਆਂ, ਕਿਉਂਕਿ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀ ਚਿਹਰਾ ਕਾਂਗਰਸ ਵੱਲੋਂ ਵੀ ਐਲਾਨਿਆ ਗਿਆ। ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰਾ ਭਗਵੰਤ ਮਾਨ ਨੂੰ ਐਲਾਨਿਆ ਗਿਆ। ਸੋ ਵੇਖ ਸਕਦੇ ਹੋ ਕਨੌਲੀ ਪਿੰਡ ਦੇ ਵਿੱਚ ਖੜੇ ਹਾਂ, ਸੂਝਵਾਨ ਲੋਕ ਨੇ, ਨੌਜਵਾਨ ਖੜੇ ਨੇ ਅਤੇ ਨਾਲ ਬਜ਼ੁਰਗ ਵੀ ਸਾਥ ਦੇਣਗੇ। ਕੀ ਕੁਝ ਕਹਿਣਾ ਪਹਿਲਾਂ ਇਹਨਾਂ ਤੋਂ ਸ਼ੁਰੂਆਤ ਕਰਦੇ ਹਾਂ, ਕੀ ਨਾਂ ਜੀ ਤੁਹਾਡਾ? ਚਰਨਜੀਤ ਸਿੰਘ। ਪਹਿਲਾਂ ਪਿੰਡ ਦੀ ਗੱਲ ਕਰ ਲਈਏ, ਪਿੰਡ ਕਨੌਲੀ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ 5 ਸਾਲਾਂ ਦੀ ਗੱਲ ਕਰੀਏ, ਪਿਛਲੇ 5 ਸਾਲਾਂ ਦੇ ਵਿੱਚ ਕੀ ਕੁਝ ਲੱਗਿਆ, ਬਦਲਾਅ ਲੱਗਿਆ ਥੋੜ੍ਹਾ ਪਿੰਡ ਦੇ ਵਿੱਚ ਹੋਇਆ? ਭਾਜੀ ਵਿਕਾਸ ਤਾਂ ਪਤਾ ਨਹੀਂ, ਬਕਵਾਸ ਬਹੁਤ ਹੁੰਦਾ ਆ ਰਿਹਾ ਕਾਫੀ ਟਾਈਮ ਤੋਂ, ਬਕਵਾਸ ਬਹੁਤ ਸੁਣਦੇ ਆਉਂਦੇ ਆ। ਵਿਕਾਸ ਤਾਂ ਕੋਈ ਨਹੀਂ ਪਤਾ ਜੀ, ਅਸੀਂ ਤਾਂ ਦੇਖਿਆ ਨਹੀਂ ਵਿਕਾਸ ਸਾਡੇ ਪਿੰਡਾਂ 'ਚ ਕੋਈ ਹੋਇਆ। ਬੁਰਾ ਹਾਲ ਹੈ ਪਿੰਡਾਂ ਦਾ, ਮਾੜੇ ਹਾਲ ਹੈ, ਵਿਕਾਸ ਵਕੂਸ ਕੋਈ ਨਹੀਂ ਹੋਇਆ। ਹਾਂਜੀ, ਬੜੇ ਮਾੜੇ ਹਾਲ ਹੋਏ ਪਏ ਨੇ। ਹਾਂਜੀ, ਕੀ ਲੱਗਦਾ ਫਿਰ ਹੁਣ ਕਿਹੜੀ ਕਿਹਦੀ ਸਰਕਾਰ ਬਣਾਉਣ ਜਾ ਰਹੇ ਹੋ? ਸਰਕਾਰ ਝਾੜੂ ਦੀ, ਝਾੜੂ ਦੀ ਬਣੂਗੀ। ਹਾਂਜੀ, ਕਿਹੜੇ ਮੁੱਦੇ ਵੇਖ ਰਹੇ ਹੋ ਫਿਰ, ਚਿਹਰਾ ਵੇਖ ਰਹੇ ਹੋ ਜਾਂ? ਬਦਲਾਅ ਆਊਗਾ ਜੀ, ਮੁੱਦੇ ਤਾਂ ਫਿਰ ਤਾਂ ਹੀ ਆਊਗੇ ਜੀ। ਹਾਂਜੀ, ਬਦਲਾਅ ਆਊਗਾ ਫਿਰ ਮੁੱਦੇ ਆਊਗੇ। ਘਰ ਰੂਪਨਗਰ ਤੋਂ ਅਮਰਜੀਤ ਸਿੰਘ ਸੰਦੋਆ ਨੂੰ ਜਿਤਾਇਆ ਸੀ, ਅੱਜ ਵੀ ਲੋਕ ਪਰੇਸ਼ਾਨ ਨੇ, ਕਹਿੰਦੇ ਉਹਨਾਂ ਤੋਂ ਪਰੇਸ਼ਾਨ ਹੋ ਸੰਦੋਆ, ਇਹਨੂੰ ਤਾਂ ਕਾਸੀ ਦਾ ਪਤਾ ਹੀ ਨਹੀਂ ਤਾ ਜੀ, ਅਨਪੜ੍ਹ ਬੰਦਾ ਤਾ। ਹਾਂਜੀ, ਅਤੇ ਹੁਣ ਸੂਝਵਾਨ ਬੰਦਾ ਦਿਨੇਸ਼ ਚੱਡਾ ਜੀ, ਵਕੀਲ ਹੈ, ਪੜ੍ਹਿਆ ਲਿਖਿਆ ਇਨਸਾਨ, ਬਾਕੀ ਭਗਵੰਤ ਮਾਨ ਕਰੂਗਾ ਸਾਰਾ ਕੁਛ ਜੋ ਕਰਨਾ ਹੈ। ਹੁਣ ਮਾਨ ਨੂੰ ਪੈਣੀ ਆ ਵੋਟ, ਜੋ ਮਰਜ਼ੀ ਮਾਨ ਨੂੰ ਪਊਗੀ ਜੀ ਵੋਟ, ਮਾਨ ਦੇ ਨਾਂ ਦੇ ਉੱਤੇ ਵੋਟ। ਹਾਂਜੀ, ਮਾਨ ਦੇ ਨਾਂ ਤੇ ਵੋਟ ਹੈ। ਸੂਬੇ ਦੇ ਵਿੱਚ ਕੀ ਘਾਟ ਲੱਗਦੀ ਆ ਤੁਹਾਨੂੰ, ਕੀ ਕੁਝ ਮੁੱਦੇ ਹੋਣੇ ਚਾਹੀਦੇ ਨੇ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਵਿਜ਼ਨ ਕੀ ਆ ਤੁਹਾਡਾ? ਮੁੱਦੇ ਤਾਂ ਹੁਣ ਰੁਜ਼ਗਾਰਾਂ ਦੇ ਹੋਣੇ ਚਾਹੀਦੇ ਆ ਜੀ, ਹੈਂ, ਕੰਮ ਕਾਰ ਮਿਲਣਾ ਚਾਹੀਦਾ ਲੋਕਾਂ ਨੂੰ, ਬੇਰੁਜ਼ਗਾਰ ਫਿਰਦੇ ਨੌਜਵਾਨ ਨਸ਼ਿਆਂ 'ਤੇ ਲਾ ਤੇ ਸਰਕਾਰਾਂ ਨੇ, ਹੈ ਜੀ। ਅਤੇ ਹੁਣ ਮੁੱਦੇ ਕੋਈ ਸਰਕਾਰਾਂ ਨੂੰ ਕੋਈ ਮੁੱਦੇ ਕਾਰੋਬਾਰ ਦੇਣਾ ਚਾਹੀਦਾ, ਕੰਮ ਕਾਰ ਮੁੰਡਿਆਂ ਨੂੰ ਨੌਜਵਾਨਾਂ ਨੂੰ ਵਿਹਲੇ ਫਿਰਦੇ ਆ। ਹਾਂਜੀ, ਸੋ ਕੈਪਟਨ ਦੀ 20 ਲੱਖ ਨੌਕਰੀ ਮਿਲ ਗਈ ਆ? 20 ਲੱਖ ਹੁਣੇ ਆਇਆ ਸਾਰੇ ਨੌਕਰੀ ਕਰਕੇ ਆ, ਡਿਊਟੀ 'ਤੇ ਆਏ ਹੁਣੇ। ਕਿੰਨੀਆਂ ਤਨਖਾਹ ਲੱਗ ਗਈਆਂ ਫਿਰ ਸਾਨੂੰ? ਕਿਸੇ 50 ਕਿੰਨੇ 55 ਹੈਗੀ, ਇੰਨੀ ਕੁ 55,000 50,000 ਹੈਗੀ ਸਾਰਿਆਂ ਦੀ, ਘਾਟ ਹੀ ਕੋਈ ਨਹੀਂ, ਬਸ ਨਜ਼ਾਰੇ ਲੈਂਦੇ ਆ ਪੂਰੇ। ਤਾਂ ਹੀ ਤਾਂ ਹੁਣ ਭਗਵੰਤ ਮਾਨ ਨੂੰ ਜਿਤਾਉਣਾ ਸੀ ਵੀ ਕਿਤੇ ਸਾਰੇ ਪੰਜਾਬ ਨੂੰ ਕੰਮ ਨਾਲ ਲਾ ਦੇਵੇ, ਇਹਦੇ ਘਰੇ ਕੰਮ ਵੀ ਕਰਨੇ, ਘਰੇ ਵੀ ਦੇਖਣੇ, ਕਿੰਨੇ ਘਰ ਦਾ ਵੀ ਕੰਮ ਹੁੰਦਾ, ਕਹਿੰਦੇ ਸਾਰੇ ਰੁਜ਼ਗਾਰ ਦੇਖਣੇ ਆ। ਸੋ ਕਿੱਤਾ ਕੀ ਹੈ, ਕੀ ਕਰਦੇ ਹੋ? ਅਸੀਂ ਵੀ ਟੈਕਸੀ ਦਾ ਕੰਮ ਕਰਦੇ ਹਾਂ, ਟੈਕਸੀ ਦਾ ਕੰਮ ਕਰਦੇ ਹਾਂ। ਸੋ ਕੀ ਲੱਗਦਾ ਬਦਲਾਅ ਆਇਆ ਕੁਝ ਕਾਂਗਰਸ ਸਰਕਾਰ ਵੇਲੇ, ਕੀ ਆ ਕੁਝ ਤੁਹਾਡੇ ਜੇਬ 'ਚ ਵੀ ਆਇਆ ਹੋਵੇ ਕੋਈ ਖਰਚ? ਨਾ ਆਇਆ ਤਾਂ ਹੈ ਨਹੀਂ, ਗਿਆ ਸਾਰਾ ਕੁਛ ਆ ਜੀ, ਬਸ ਲੋਕਡਾਊਨ ਨੇ ਲੱਗੇ ਦਿੱਤਾ ਸਾਨੂੰ, ਕੋਈ ਹੋਰ ਕੁਛ ਨਹੀਂ ਦਿੱਤਾ ਇਹਨਾਂ ਨੇ, ਲੋਕਡਾਊਨ ਲਾ ਦਿਓ 6 ਵਜੇ ਲਾ ਦਿਓ 10 ਵਜੇ ਲਾ ਦਿਓ, ਬਸ ਇਹ ਹੋਰ ਕੁਛ ਨਹੀਂ ਕਰਿਆ ਇਹਨਾਂ ਨੇ। ਲੋਕਡਾਊਨ ਫਿਰ ਲੱਗ ਗਿਆ ਕਹਿੰਦੇ? ਲਗਾ ਸਕਦੇ ਆ ਜੇ ਭਗਵੰਤ ਮਾਨ ਕੋਈ ਖੋਲੂਗਾ ਫਿਰ। ਅੱਛਾ, ਭਗਵੰਤ ਮਾਨ ਹੀ ਖੋਲੂਗਾ ਹੁਣ, ਇਹਨਾਂ ਨੂੰ ਝਾੜੂ ਫਿਰੂ ਮਤਲਬ ਚੰਗੀ ਤਰ੍ਹਾਂ, ਪੂਰੀ ਚੰਗੀ ਤਰ੍ਹਾਂ ਜਾਂ ਚੰਗੀ ਤਰ੍ਹਾਂ ਭਰੂਗਾ, ਬਦਲਾਅ ਜ਼ਰੂਰੀ ਹੈ ਇੱਥੇ। ਕੀ ਕਹਿ ਰਹੇ ਹੋ ਤੁਸੀਂ? ਕਰੋਨਾ ਸਕੂਲਾਂ 'ਚ ਆ ਰਿਹਾ ਜੀ, ਲੀਡਰਾਂ ਦੀਆਂ ਰੈਲੀਆਂ 'ਚ ਕੋਈ ਕਰੋਨਾ ਨਹੀਂ ਹੈਗਾ। ਹਾਂਜੀ ਹਾਂਜੀ, ਹੁਣ ਤਾਂ ਲੋਕ ਅੱਜ ਮੋਦੀ ਦੀ ਰੈਲੀ ਜਲੰਧਰ ਲੱਖਾਂ ਬੰਦਾ ਇਕੱਠਾ ਹੋਣਾ, ਉੱਥੇ ਕੋਈ ਕਿਸੇ ਨੂੰ ਕਰੋਨਾ ਨਹੀਂ ਹੈਗਾ।
ਸਕੂਲ 'ਚ 100 ਬੱਚਾ ਹੋਊਗਾ 200 ਬੱਚਾ ਹੋਊਗਾ ਉੱਥੇ ਕਰੋਨਾ ਆ ਜਾਂਦਾ। ਕਹਿੰਦੇ ਚੋਣਾਂ ਵੀ ਹੋਣੀਆਂ ਨੇ ਉਸੇ ਸਕੂਲ ਦੇ ਵਿੱਚ ਵੋਟਾਂ ਪੈਣੀਆਂ ਨੇ, ਉਸੇ ਸਕੂਲਾਂ 'ਚ ਵੋਟਾਂ ਪੈਣੀਆਂ, ਫਿਰ ਕਰੋਨਾ ਕਿੱਥੇ ਜਾਂਦਾ? ਕਰੋਨਾ ਬਸ ਸਿਰਫ ਸਰਕਾਰਾਂ ਵਾਸਤੇ, ਕਰੋਨਾ ਇਹਨਾਂ ਨੇ ਸਾਡੇ ਵਾਸਤੇ ਕਰਿਆ ਹੁੰਦਾ ਵੀ ਇਹ ਕਦੇ ਬਾਹਰ ਨਿਕਲ ਕੇ ਕੁਛ ਛੱਤ ਮੰਗ ਨਾ ਲੈਣ, ਬਸ ਇਸ ਕਰਕੇ ਬਸ। ਕਹਿੰਦੇ 2 ਕੁ ਜੇ ਜੇਬ ਦੇ ਵਿੱਚ ਪੈਸੇ ਇਕੱਠੇ ਹੋ ਜਾਣ ਫਿਰ ਬੰਦਾ ਕਹਿੰਦਾ ਕਰੋ ਲਾ ਦਈਏ, ਚਲੋ ਲੋਕਡਾਊਨ ਲਾ ਦਈਏ, ਜ਼ਿਆਦਾ ਅਮੀਰ ਨਾ ਹੋ ਜਾਣ ਸੂਬੇ ਦੇ ਲੋਕ, ਇੱਦਾਂ ਕੁਛ? ਇੱਦਾਂ ਹੈਗਾ ਜੀ ਮੇਰੇ ਹਿਸਾਬ ਨਾਲ ਤਾਂ। ਹਾਂਜੀ ਹੈਗਾ ਹੈਗਾ। ਕੀ ਲੱਗਦਾ ਫਿਰ ਹੁਣ ਐਤਕੀ ਕੀ ਬਦਲਾਓ? ਝਾੜੂ ਫਿਰੂੰਗਾ ਜੀ ਸਾਰਿਆਂ ਪਰੇ, ਬਦਲਾਓ ਜ਼ਰੂਰੀ ਹੈ ਜੀ, ਬਦਲਾਓ ਬਹੁਤ ਜ਼ਰੂਰੀ ਹੈ। ਇੱਥੇ ਕੋਈ ਤੁਸੀਂ ਦੇਖ ਲਓ ਹੋਸਪਿਟਲ 'ਚ, ਕਿਤੇ ਸਰਕਾਰੀ ਹੋਸਪਿਟਲ 'ਚ ਫੈਸਿਲਿਟੀ ਹੈਗੀ ਜੀ? ਕੋਈ ਫੈਸਿਲਿਟੀ ਨਹੀਂ ਹੈ ਉੱਥੇ। ਹੁਣ ਵੀ ਲੋਕ ਜਿਹੜਾ ਇਹਨਾਂ ਨੇ 5 ਲੱਖ ਦਾ ਉਹ ਕਰਿਆ ਹੈ ਵੀ 5 ਲੱਖ ਅਸੀਂ ਦਊਂਗੇ, ਉਹ ਇੱਕ ਵਾਰੀ ਆਪਰੇਸ਼ਨ ਕਰਕੇ ਦੂਈ ਵਾਰ ਉਹ ਉਹਦੇ ਪਰ ਦਿੰਦੇ ਨਹੀਂ ਹੈਗੇ ਬਈ ਬਸ ਜੀ ਹੁਣ ਇਹਦਾ ਬਸ ਹੋ ਗਿਆ। ਅਤੇ ਇਹ ਬਹੁਤ ਜ਼ਿਆਦਾ ਹੈ, ਹੁਣ ਭਗਵੰਤ ਮਾਨ ਆਊਂਗਾ ਤਾਂ ਕਮ ਸੇ ਕਮ ਐਜੂਕੇਸ਼ਨ ਫੈਸਿਲਿਟੀ, ਆਪਣਾ ਹੈਲਥ ਫੈਸਿਲਿਟੀ ਤਾਂ ਦੇਣਗੇ, ਇਹ ਜ਼ਰੂਰੀ ਹੈ ਜੀ। ਰੁਜ਼ਗਾਰ ਮਿਲੂਗਾ, ਅਨਇੰਪਲੋਇਮੈਂਟ ਹੋਊਗੀ, ਆਪਣਾ ਘਟੂਗੀ, ਤਾਂ ਅਨਇੰਪਲੋਇਮੈਂਟ ਬਹੁਤ ਇਨਕਰੀਜ਼ ਹੋ ਰਹੀ ਹੈ ਜੀ ਅੱਜ ਕੱਲ੍ਹ ਦੀ ਇਹਦੇ ਵਿੱਚ। ਕਹਿੰਦੇ ਬੇਰੁਜ਼ਗਾਰੀ ਹੈ, ਸਿਹਤ ਸਹੂਲਤਾਂ ਦੀ ਘਾਟ ਹੈ ਸੂਬੇ ਦੇ ਵਿੱਚ, ਸਿੱਖਿਆ ਦੀ ਘਾਟ ਹੈ, ਕਾਰਨ ਇੱਕੋ ਹੈ, ਕਹਿੰਦੇ ਭ੍ਰਿਸ਼ਟਾਚਾਰ ਵਧਿਆ ਹੋਇਆ ਤਾਂ ਹੀ ਇਹ ਹੋ ਰਿਹਾ। ਮੰਨਦੇ ਹੋ ਉਸ ਗੱਲ ਨੂੰ? ਹਾਂਜੀ ਮੰਨਦੇ ਜੀ, ਬਿਲਕੁਲ ਜੀ, ਇਹ ਸੱਚੀ ਗੱਲ ਹੈ ਜੀ ਇੱਕ ਤਰ੍ਹਾਂ ਦੀ। ਨਾਂ ਕੀ ਤੁਹਾਡਾ? ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ। ਹਰਮਿੰਦਰ, ਹੁਣ ਘਰ ਦੇ ਵਿੱਚ ਗੁਜ਼ਾਰਾ ਚੰਗਾ ਹੋ ਰਿਹਾ? ਕਾਂਗਰਸ ਸਰਕਾਰ ਨੇ ਵਧੀਆ ਲਾਤੀਆਂ ਹੋਣੀਆਂ ਨੌਕਰੀਆਂ, ਹੁਣ ਤਾਂ ਕਹਿੰਦੇ ਸਮਾਰਟਫੋਨ ਵੀ ਵੰਡੇ ਨੇ ਪਿੱਛੇ ਕਿਤੇ? ਨਾ ਨਾ ਭਾਜੀ, ਕੋਈ ਨੌਕਰੀ ਨਹੀਂ ਹੈ, ਇੱਥੇ ਵਿਹਲੇ ਫਿਰਦੇ ਆ ਅਸੀਂ। ਗ੍ਰੈਜੂਏਟ ਹੋਣੀ ਹੋਣੀ ਤਾਂ ਨੌਕਰੀ ਤੋਂ ਆਏ ਤੁਸੀਂ ਗੱਲਾਂ ਕਰ? ਉਹ ਤਾਂ ਚਲੋ, ਉਹ ਤਾਂ ਇੱਕ ਹਾਂਜੀ, ਹੁਣ ਸਾਹਮਣੇ ਆ ਸਾਰੇ, ਗ੍ਰੈਜੂਏਸ਼ਨ ਕੀਤੀ ਹੈ, ਕਿਸੇ ਨੇ ਮਾਸਟਰ ਡਿਗਰੀ ਕੀਤੀ ਹੈ, ਸਾਰੇ ਵਿਹਲੇ ਘੁੰਮਦੇ ਜੀ, ਕਿਸੇ ਨੂੰ ਕੋਈ ਨੌਕਰੀ ਨਹੀਂ, ਸਾਰੇ ਘਰ ਵਿਹਲੇ ਬੈਠੇ ਆ, ਫਿਰ ਕਹਿੰਦੇ ਮੁੰਡੇ ਬਾਹਰ ਜਾਂਦੇ ਆ, ਹੋਰ ਕੀ ਕਰੇ ਬੰਦੇ, ਜਾਣਾ ਹੀ ਪੈਣਾ ਜੀ। ਹੁਣ 4 ਛਿੱਲੜ ਉਰੇ ਜੁੜ ਜਾਣ ਤਾਂ ਕਿ ਬਾਹਰ ਕਿਤੇ ਬਣ ਜਾਵੇ ਕੰਮ ਜੀ, ਹਰੇਕ ਕੋਈ ਹੈ ਜੀ, ਫਿਰ ਕੋਈ ਵੀ ਨਹੀਂ ਜਾਊਂਗਾ ਜੇ ਇੱਦਾਂ ਦੀ ਉਰੇ ਸਾਰਿਆਂ ਨੂੰ ਫੈਸਿਲਿਟੀ ਮਿਲੇ ਜਾਂ ਹੋਰ ਕੋਈ ਵੀ ਰੁਜ਼ਗਾਰ, ਕੋਈ ਵੀ ਨਹੀਂ ਜਾਊਂਗਾ। ਹੁਣ ਜਦ ਇੱਥੇ ਕੁਛ ਹੈ ਹੀ ਨਹੀਂ ਤਾਂ ਹਰੇਕ ਕੋਈ ਅੱਕ ਕੇ ਬੰਦਾ ਬਾਹਰ ਨੂੰ ਜਾਂਦਾ ਜੀ। ਕਹਿੰਦੇ ਬੇਰੁਜ਼ਗਾਰੀ ਤਾਂ ਇੱਕ ਪਾਸੇ, ਇੱਥੇ ਤਾਂ ਮਾਵਾਂ ਦੀਆਂ ਕੁੱਖਾਂ ਸੁਨਿਆ ਕਰਨ 'ਤੇ ਲਾ ਦਿੱਤਾ, ਨਸ਼ੇ 'ਤੇ ਲਾ ਦਿੱਤਾ ਕਿ ਸੂਬੇ ਦੇ ਵਿੱਚ ਨੌਜਵਾਨ ਪੀੜ੍ਹੀ ਨਾ ਹੋਵੇ, ਨੌਜਵਾਨ ਪੀੜ੍ਹੀ ਖਤਮ ਹੋ ਜਾਵੇ। ਬਾਬਾ ਜੀ ਤੁਸੀਂ ਦੱਸੋ, ਇਹਦਾ ਪੰਜਾਬ ਨੂੰ ਖਤਮ ਕਰਨ 'ਤੇ ਸਿਆਜ ਚੱਲਦੀ ਹੈ, ਲੋਕ ਮਗਰ ਲੱਗੇ ਹੋਏ ਆ, ਇਸ ਲਈ ਬਦਲਾਅ ਚਾਹੁੰਦੇ ਹੁਣ ਅਸੀਂ। ਹਾਂ ਬਦਲਾਅ ਬਸ ਵੀ ਨੌਜਵਾਨਾਂ ਨੇ ਮੂਹਰੇ ਉੱਠਣਾ ਹੈ, ਗੱਲ ਕਰਨੀ ਹੈ ਇਹਨਾਂ ਨਾਲ ਵੀ ਉਹਨਾਂ ਨੂੰ ਖਤਮ ਕਰ ਦਿਓ ਨਸ਼ੇ 'ਤੇ ਲਾ ਕੇ ਬਸ। ਬਿਲਕੁਲ, ਤੁਸੀਂ ਨੌਜਵਾਨ ਹੋ, ਤੁਸੀਂ ਅੱਗੇ ਉੱਠ ਕੇ ਸਵਾਲ ਨਾ ਪੁੱਛ ਸਕੋ, ਸਵਾਲ ਨਾ ਪੁੱਛ ਸਕੇ ਬਸ, ਜੇ ਪੜ੍ਹ ਲਿਖ ਕੇ ਇਹ ਸਵਾਲ ਪੁੱਛੂਗੇ, ਇਹਨਾਂ ਨੂੰ ਚਿੱਟੇ 'ਤੇ ਲਾ ਦਿਓ, ਕੋਈ ਨਸ਼ਿਆਂ 'ਤੇ ਲਾ ਦਿਓ, ਵੀ ਇਹ ਖਤਮ ਹੋ ਜਾਵੇ ਬਸ, ਇਹ ਸਾਨੂੰ ਪੁੱਛਣ ਜੋਗੇ ਰਹੇ ਨਾ ਕੁਛ। ਵੀ ਫ੍ਰੀ ਆਇਲਸ ਕਰਾਉਂਗੇ, ਫ੍ਰੀ ਆਇਲਸ ਦੀ ਕਿਆ ਲੋੜ ਆ ਜੀ, ਸਾਨੂੰ ਫੈਸਿਲਿਟੀ ਤਾਂ ਦੇਣ। ਇੱਥੇ ਅਨਇੰਪਲੋਇਮੈਂਟ ਤੁਸੀਂ ਘੱਟ ਕਰੋ, ਆਪਣਾ ਅਨਇੰਪਲੋਇਮੈਂਟ ਜਿਹੜੀ ਹੈਗੀ ਆ ਉਰੇ ਉਹਨੂੰ ਤੁਸੀਂ ਜੋਬ ਤਾਂ ਦਿਓ, ਤੁਸੀਂ ਜੋਬ ਦੇ ਨਹੀਂ ਰਹੇ, ਕਹਿਣੇ ਦੀਆਂ ਗੱਲਾਂ, ਇੰਨੇ ਨੂੰ ਜੋਬ ਦਿੱਤੀ, ਇੰਨੇ ਨੂੰ ਜੋਬ ਦਿੱਤੀ, ਸਾਡੇ ਨਾਲ ਦੇ ਤਾਂ ਕਿਸੇ ਨੂੰ ਨਹੀਂ ਮਿਲੀ ਜੋਬ, ਤੁਸੀਂ ਦੱਸੋ ਤੁਸੀਂ ਵੀ ਹੈਗੇ ਆ ਤਾਂ ਕਿਸੇ ਨੂੰ ਮਿਲੀ ਜੋਬ ਜੀ? ਕਿਸੇ ਨੂੰ ਜੋਬ ਨਹੀਂ ਮਿਲਦੀ ਹੈਗੀ, ਗੱਲਾਂ ਹੈ ਬਸ, ਕਾਗਜ਼ੀ ਕਾਰਵਾਈ ਹੈ, ਇੰਨੇ ਨੂੰ ਜੋਬ ਮਿਲ ਗਈ, ਇੰਨੇ ਨੂੰ ਜੋਬ ਮਿਲ ਗਈ, ਕਿਤੇ ਬੈਠ ਕੇ ਹੁਣ ਅਸੀਂ ਕਹਿਣੇ ਨੂੰ ਕੁਛ ਵੀ ਕਹਿ ਸਕਦੇ ਜੀ? ਉਹ ਮੇਰੀ ਕੋਠੀ ਆ, ਉਹ ਥੋੜ੍ਹਾ ਹੈਗੀ ਹੈ ਜੀ, ਗੱਲਾਂ ਨਾਲ ਤਾਂ ਕੁਛ ਨਹੀਂ ਬਣਦਾ ਜੀ। ਇਹਦਾ ਇਹਨਾਂ ਨੂੰ ਰਿਸ਼ਤੇਦਾਰ, ਕੋਈ ਟੈਸਟ ਨਹੀਂ, ਕੋਈ ਐਂਟਰੈਂਸ ਨਹੀਂ ਹੁੰਦਾ, ਜਿੰਨੇ ਮਰਜ਼ੀ ਟੈਸਟ ਦੇ ਲਓ ਪਹਿਲਾਂ ਹੀ ਵਿਕ ਲੈਂਦੇ ਜੀ ਸੀਟਾਂ, ਪਹਿਲਾਂ ਹੀ ਬੁੱਕ ਹੋ ਜਾਂਦਾ ਜੀ ਸਾਰਾ ਕੁਛ। ਜਿਨ੍ਹਾਂ ਦੀ ਅਪਰੋਚ ਹੈਗੀ ਆ ਲੀਡਰਾਂ ਤੱਕ, ਉਹ ਆਪਣੀ ਸਿਫਾਰਸ਼ ਪਾ ਕੇ ਲੈ ਲੈਂਦੇ ਆ, ਪੜ੍ਹੇ ਲਿਖਿਆਂ ਦੀ ਕੋਈ ਵੈਲਿਊ ਨਹੀਂ। ਕਹਿੰਦੇ ਸਿਫਾਰਸ਼ ਚੱਲਦੀ ਆ, ਸਿਫਾਰਸ਼ ਚੱਲਦੀ ਹੈ ਜੀ, ਬਹੁਤ ਜ਼ਿਆਦਾ ਚੱਲਦੀ ਹੈ ਜੀ, ਜਿਹੜੇ ਮਰਜ਼ੀ ਸੈਕਟਰ 'ਚ ਲੈ ਲਓ ਤੁਸੀਂ, ਭਰਤੀਆਂ ਲੈ ਲਓ, ਕੋਈ ਵੀ ਕਿਸੇ ਤਰ੍ਹਾਂ ਦੀ ਭਰਤੀ ਲੈ ਲਓ, ਸਭ ਪਾਸੇ ਸਿਫਾਰਸ਼ ਚੱਲਦੀ ਹੈ ਜੀ। ਆ ਇੱਕ ਮੁੱਛ ਫੋਟੋ ਗੱਭਰੂ ਆ ਵੀ ਆ, ਮੈਨੂੰ ਲੱਗਦਾ ਹੁਣ ਜਵਾਨੀ 'ਚ ਪੈਰ ਧਰ ਰਿਹਾ ਨਵਾਂ ਨਵਾਂ। ਕੀ ਨਾਮ ਮੁੰਡਿਆ? ਗਗਨਦੀਪ ਸਿੰਘ ਹੈ ਜੀ। ਕੀ ਕਰਦਾ, ਕਿਹੜੀ ਕਲਾਸ 'ਚ? ਪਲੱਸ 2 ਕੀਤੀ ਰੀਸੈਂਟਲੀ, ਹੁਣ ਬੈਚਲਰਸ ਕਰ ਰਿਹਾ ਜੀ ਬਿਜ਼ਨਸ ਐਡਮਿਨਿਸਟ੍ਰੇਟਿਵ 'ਚ। ਅੱਛਾ ਜੀ, ਫਿਰ ਹੁਣ ਆਪਣਾ ਬਿਜ਼ਨਸ ਖੋਲ੍ਹਣਾ, ਫਿਰ ਕਿੱਤਾ ਆਪਣਾ ਹੀ ਅਪਣਾ ਲਈਏ? ਕਹਿੰਦੇ ਸਰਕਾਰਾਂ ਤੋਂ ਆਸ ਨਹੀਂ ਹੈਗੀ, ਆਪੇ ਹੀ ਖੋਲ੍ਹ ਲਈਏ ਕੋਈ ਕੰਮ? ਨਹੀਂ, ਇੱਥੇ ਤਾਂ ਔਖਾ ਹੀ ਲੱਗਦਾ ਵੀ ਖੁੱਲੂੰਗਾ, ਬਾਹਰੇ ਦੇਖਦੇ ਜੇ ਬਾਹਰ ਪਹਿਲਾਂ ਕਰੂੰਗੇ ਅੱਗੇ ਮਾਸਟਰਸ, ਫਿਰ ਉੱਥੇ ਬਿਜ਼ਨਸ ਦੇਖੂੰਗੇ, ਇੱਥੇ ਤਾਂ ਬਹੁਤ ਔਖਾ ਹੈ। ਬਾਕੀ ਦੇਖੋ ਜੇ ਕੇਜਰੀਵਾਲ ਦੀ ਸਰਕਾਰ ਆ ਰਹੀ ਫਿਰ ਤਾਂ ਜੀ ਹੁਣ ਝਾੜੂ ਫਿਰੂੰਗਾ, ਫਿਰ ਤਾਂ ਆ ਵੀ ਸਕਦੀ। ਜਿੱਦਾਂ ਦਿੱਲੀ 'ਚ ਓਪਰਚੁਨਿਟੀ ਆ, ਵਧੀਆ ਜੋਬ ਓਪਰਚੁਨਿਟੀ ਵਗੈਰਾ ਹੋਈ ਆ, ਅਨਇੰਪਲੋਇਮੈਂਟ ਘਟੀ ਹੈ, ਤਾਂ ਦੇਖੋ ਜੇ ਉਰੇ ਵੀ ਹੋਊਗਾ, ਫੈਸਿਲਿਟੀਜ਼ ਵਧੀਆ ਹੋ ਗਈ ਤਾਂ, ਕਿਉਂ ਕਿਸੇ ਦਾ ਕਿਹੜਾ ਜੀ ਦਿਲ ਕਰਦਾ ਵੀ ਬਾਹਰ ਜਾਣੇ ਦਾ, ਤਾਂ ਜੇ ਸਭ ਕੁਛ ਆਪਣਾ ਉਰੇ ਵਧੀਆ ਹੋਇਆ ਤਾਂ ਇੱਥੇ ਰਵਾਂਗੇ ਜੀ। ਕਿਉਂ ਹੁਣ ਦੀਆਂ ਸਰਕਾਰਾਂ ਨੇ ਹੁਣ ਤੱਕ 70 ਸਾਲ ਨੇ ਕੁਛ ਨਹੀਂ ਕਰਿਆ ਜੀ, ਤਾਂ ਬਾਕੀ ਜਿੰਨੇ ਹੁਣ ਤੁਸੀਂ ਦੇਖਦੇ ਯੰਗਸਟਰ ਸਾਰੇ ਬਾਹਰ ਜਾ ਰਹੇ ਆ, ਕਿਉਂਕਿ ਕੋਈ ਵੀ ਜੋਬ ਓਪਰਚੁਨਿਟੀ ਹੈ ਹੀ ਨਹੀਂ ਉਹਨਾਂ ਨੂੰ, ਅਤੇ ਜਿਹੜੇ ਮਾੜੇ ਮੋਟੇ ਬੱਚੇ ਆ ਉਹ ਨਸ਼ਿਆਂ 'ਤੇ ਲਾਏ ਹੋਏ ਵੀ ਅੱਗੇ ਵੱਧ ਨਾ ਸਕੇ। ਤੁਸੀਂ ਦੱਸ ਦਿਓ ਜੀ, ਕਹਿੰਦੇ ਇੰਤਜ਼ਾਰ ਕਰ ਲਾ ਮੁੰਡਿਆ, ਕੀ ਪਤਾ ਹੁਣ ਬਦਲਾਅ ਆ ਹੀ ਜਾਵੇ, ਪਿੱਛੇ
ਵੀ ਨਵੀਂ ਸਰਕਾਰ ਆ ਰਹੀ ਹੈ ਜੀ ਹੁਣ ਇੱਕ ਵਾਰ ਮੌਕਾ ਦੇਣਾ ਜ਼ਰੂਰ ਇਹਨਾਂ ਨੂੰ ਲਿਆਉਣੀ ਵੀ ਆ ਜੀ ਅਸੀਂ ਸਰਕਾਰ ਆਪਣੀ ਇਹ ਬਾਕੀ ਭਗਵੰਤ ਮਾਨ ਜੀ ਦੇ ਆਪਣੇ ਬਿਆਨ ਆ ਉਹਨਾਂ ਦੇ ਕਹਿ ਰਹੇ ਉਹ ਵੀ ਅਸੀਂ ਜਿੰਨੇ ਬੱਚੇ ਆ ਜਿੰਨੇ ਮਰਜ਼ੀ ਪੜ੍ਹੇ ਲਿਖੇ ਆ ਜੀ ਵੀ ਬਾਹਰ ਨਹੀਂ ਜਾਣ ਦੇਣੇ ਬਾਕੀ ਹੁਣ ਦੇਖਾਂਗੇ ਉਹਨਾਂ ਨੂੰ ਇੱਕ ਵਾਰ ਲਿਆਵਾਂਗੇ ਮੈਦਾਨ ਵਿੱਚ ਅੱਗੇ ਫਿਰ ਦੇਖਦੇ ਆ ਵੀ ਕਿੱਦਾਂ ਨਿਤਰਦੇ ਆ ਉਹ ਕਹਿੰਦੇ ਪਹਿਲਾਂ ਤਸਵੀਰਾਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਵੇਖਦੇ ਆਏ ਹਾਂ ਮਾਨ ਸਾਹਿਬ ਜਦੋਂ ਕੋਈ ਅਣਹੋਣੀ ਵਾਪਰ ਜਾਂਦੀ ਸੀ ਸੂਬੇ ਦੇ ਵਿੱਚ ਕਿਸੇ ਮਾਂ ਦਾ ਪੁੱਤ ਜਿਹੜਾ ਬਾਹਰ ਕੋਈ ਸੜਕ ਹਾਦਸੇ ਦੇ ਵਿੱਚ ਮਾਰਿਆ ਜਾਂਦਾ ਸੀ ਉਸਦੀ ਮ੍ਰਿਤਕ ਦੇਹ ਲਿਆਉਣ ਲਈ ਬੜੇ ਯਤਨ ਕਰਦੇ ਸੀ ਮਾਨ ਸਾਹਿਬ ਉਹ ਤਸਵੀਰਾਂ ਵੀ ਵੇਖੀਆਂ ਅਸੀਂ ਕਿ ਉਹ ਵੀ ਕਿਤਨਾ ਕਿਤੇ ਰੁਝਾਨ ਵਧਾ ਰਿਹਾ ਕਿ ਮਾਨ ਸਾਹਿਬ ਨੂੰ ਹੁਣ ਵੋਟ ਪਾਉਣੀ ਚਾਹੀਦੀ ਹੈ ਇਹ ਵੀ ਉਹਨਾਂ ਦੀ ਉਹ ਦੇਣ ਆ ਜੀ ਜਿੰਨੇ ਵੀ ਬਾਹਰ ਇਹੋ ਜਿਹੇ ਕੇਸ ਹੋਏ ਆ ਜੀ ਸਾਰੀ ਇਹਨਾਂ ਦੀ ਉਹ ਦੇਣ ਆ ਜੀ ਇਹੀ ਇਹੋ ਜਿਹੇ ਕੇਸ ਲਿਆਉਂਦੇ ਆ ਜੀ ਹਾਂਜੀ ਕੀ ਕਰ ਰਹੇ ਹੋ ਤੁਸੀਂ ਮੈਂ ਕਹਿੰਦਾ ਪੰਜਾਬ 'ਚ ਐਮ ਪੀ ਹੋਰ ਵੀ ਬਹੁਤ ਆ ਨਾ ਐਮ ਐਲ ਏ ਬਹੁਤ ਆ ਮਿਨਿਸਟਰ ਬਹੁਤ ਆ ਉਹ ਕਿਉਂ ਨਹੀਂ ਲਿਆਉਂਦੇ ਇਸ ਵੀ ਇਕੱਲਾ ਭਗਵੰਤ ਮਾਨ ਲੈ ਕੇ ਆਉਂਦਾ ਇਹਨਾਂ ਨੂੰ ਕਿ ਉਹਨੂੰ ਪਤਾ ਉਹਨੂੰ ਦਰਦ ਪਤਾ ਉਹ ਗਰੀਬ ਘਰ 'ਚ ਉੱਠਿਆ ਹੋਇਆ ਉਹਨੂੰ ਦਰਦ ਪਤਾ ਉਹ ਗਰੀਬ ਘਰ 'ਚ ਉੱਠਿਆ ਹੋਇਆ ਇਹ ਰੀਸ ਸ਼ੁਰੂ ਤੋਂ ਇਹਨਾਂ ਨੂੰ ਕੋਈ ਕਿਸੇ ਦਾ ਤਕਲੀਫ ਨਹੀਂ ਹੈ ਇਹਨਾਂ ਨੂੰ ਬਸ ਹਾਸੇ ਕਲਾਕਾਰ ਸੀਗੇ ਉਸ ਵੇਲੇ ਵੀ ਉਹਨਾਂ ਦੀਆਂ ਤੁਸੀਂ ਆ ਵੀਡੀਓ ਵੇਖੀਆਂ ਹੋਣੀਆਂ ਉਹਦੇ ਵਿੱਚ ਵੀ ਸਰਕਾਰਾਂ ਨੂੰ ਲੈ ਕੇ ਤੰਜ ਕੱਸਦੇ ਆਏ ਨੇ ਸਹੀ ਗੱਲ ਹੈ ਉਦੋਂ ਵੀ ਮਤਲਬ ਜਦ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਰਕਾਰਾਂ ਤੰਜ ਕੱਸਿਆ ਵੀ ਸਰਕਾਰਾਂ ਕੀ ਕਰ ਰਹੀਆਂ ਕਿਆ ਭ੍ਰਿਸ਼ਟਾਚਾਰ ਵਧਾ ਰਹੇ ਉਹਦੇ ਬਾਰੇ ਬੋਲੇ ਹੁਣ ਤੱਕ ਉਹ ਹੁਣ ਉਹ ਆਪ ਆਏ ਆ ਮੈਦਾਨ 'ਚ ਕਰਾਂਗੇ ਖਤਮ ਇਹਨਾਂ ਦਾ ਖਤਮਾ ਮੇਰਾ ਐਮ ਪੀ ਦਾ ਕੋਈ ਰੋਲ ਹੀ ਨਹੀਂ ਹੁੰਦਾ ਜੀ ਵੋਟਾਂ 'ਚ ਰੋਲ ਹੁੰਦਾ ਬਾਕੀ ਕਿਤੇ ਐਮ ਪੀ ਦੇਖਦਾ ਹੀ ਨਹੀਂ ਐਮ ਪੀ ਨੂੰ ਕੋਈ ਗਰਾਂਟ ਨਹੀਂ ਮਿਲਦੀ ਭਗਵੰਤ ਮਾਨ ਇੱਕ ਗੱਲਾਂ ਐਮ ਪੀ ਆ ਭਗਵੰਤ ਮਾਨ ਜਿਹਨੂੰ ਗਰਾਂਟਾਂ ਮਿਲੀਆਂ ਆਪਣੇ ਏਰੀਏ 'ਚ ਕੰਮ ਕਰਾਏ ਸਾਡੇ ਏਰੀਏ 'ਚ ਐਮ ਪੀ ਆ ਕੋਈ ਗੱਲ ਅਸੀਂ ਤਾਂ ਦੇਖਿਆ ਨਹੀਂ ਹੁਣ ਕਾਂਗਰਸ ਦਾ ਬਣੇ ਵਾ ਉਹ ਨਹੀਂ ਦੇਖਿਆ ਪਹਿਲਾਂ ਤਾਂ ਅਕਾਲੀਆਂ ਦਾ ਤਾਂ ਉਹ ਨਹੀਂ ਦੇਖਿਆ ਕਦੇ ਕਿਸੇ ਪਿੰਡ ਨੂੰ ਗਰਾਂਟ ਨਹੀਂ ਦਿੱਤੀ ਹੈ ਜੀ ਬਾਕੀ ਇਹ ਕਰਦੇ ਅਮੈਰੀਕਾ ਵਰਗੇ ਦੇਸ਼ਾਂ ਦੀਆਂ ਰੀਸਾਂ ਕੈਨੇਡਾ ਵਰਗੇ ਦੇਸ਼ਾਂ ਦੀਆਂ ਰੀਸਾਂ ਕੈਲੀਫੋਰਨੀਆ ਬਣਾਉਣੇ ਨੂੰ ਫਿਰਦੇ ਆ ਇਹ ਪੂੰਜੀਪਤੀਆਂ ਨੂੰ ਉਹ ਕਰਦੇ ਆ ਜੀ ਚੱਕਦੇ ਫਿਰਦੇ ਜੇ ਕਰਨਾ ਕੰਮ ਗਰਾਊਂਡ ਲੈਵਲ 'ਤੇ ਕਰੇ ਨਾ ਬਾਹਰਲੇ ਮੁਲਕਾਂ 'ਚ ਜੇ ਪ੍ਰਾਈਵੇਟ ਨੌਕਰੀ ਵੀ ਹੈਗੀ ਆ ਉਹ ਸਰਕਾਰੀ ਵਰਗੀ ਆ ਹੈਂ ਇਹ ਇਹਨਾਂ ਨਾਲ ਕਰੇ ਬਈ ਜੀਰੋ ਲੋਕ ਮੁਫਤਖੋਰੀ 'ਤੇ ਲਾਉਣੇ ਨੂੰ ਫਿਰਦੇ ਆ ਜੇ ਕਰਨਾ ਤਾਂ ਕੋਈ ਰੁਜ਼ਗਾਰ ਦਿਓ ਨਾ ਚੱਡਾ ਸਾਹਿਬ ਨਾਲ ਗੱਲਬਾਤ ਕਰਕੇ ਆਏ ਆ ਉਹਨਾਂ ਦਾ ਇੰਟਰਵਿਊ ਕੀਤਾ ਉਹ ਕਹਿੰਦੇ ਨੇ ਕਿ ਰੋਪੜ ਦੇ ਵਿੱਚ ਕਹਿੰਦੇ ਬਾਹਰਲੇ ਜ਼ਿਲ੍ਹਿਆਂ 'ਚ ਆ ਕੇ ਭਾਵੇਂ ਵਰਿੰਦਰ ਢਿੱਲੋਂ ਹੋ ਗਿਆ ਭਾਵੇਂ ਦਲਜੀਤ ਚੀਮਾ ਹੋ ਗਿਆ ਕਹਿੰਦੇ ਰੋਪੜ ਹਲਕੇ ਦੇ ਵਿੱਚ ਰਾਜ ਕਰਨਾ ਚਾਹੁੰਦੇ ਨੇ ਕਹਿੰਦੇ ਮਾਈਨਿੰਗ ਦੀਆਂ ਖੱਡਾਂ ਦੇ ਉੱਤੇ ਰਾਜ ਕਰਨਾ ਚਾਹੁੰਦੇ ਨੇ ਇਹ ਜਿੱਥੋਂ ਤੋਂ ਹੈਗੇ ਆ ਉੱਥੇ ਵਿਕਾਸ ਕਿਉਂ ਨਹੀਂ ਕਰਦੇ ਰੋਪੜ 'ਚ ਪੈਸਾ ਆਏ ਜੇ ਇਹ ਗੁਰਦਾਸਪੁਰ ਤੋਂ ਕੋਈ ਕਪੂਰਥਲੇ ਰੋਪੜ ਦੇ ਲੋਕ ਬੜੇ ਨਾ ਬੜੇ ਭੋਲੇ ਨੇ ਕਹਿੰਦੇ ਭੋਲੇ ਨਹੀਂ ਹੈਗੇ ਬਹੁਤ ਤੇਜ਼ ਆ ਰੋਪੜ ਵਾਲੇ ਇਸੇ ਕਰਕੇ ਪਿਛਲੀ ਵਾਰ ਸੰਦੋਗਾ ਜਿਤਾਇਆ ਨਾ ਨਵਾਂ ਬੰਦਾ ਲਿਆਂਦਾ ਤਾਂ ਇਸ ਵਾਰ ਨਵੀਂ ਪਾਰਟੀ ਜਿਤਾਉਣੀ ਅਸੀਂ 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 ਪੜ੍ਹੇ ਲਿਖੇ ਰੋਪੜ ਵਾਲੇ ਜ਼ਿਆਦਾ ਸਭ ਤੋਂ ਅਸੀਂ ਸਭ ਤੋਂ ਪਹਿਲਾਂ ਪਹਿਲ ਕਰਦੇ ਕੰਮ ਨੂੰ ਅਸੀਂ ਇਸ ਵਾਰ ਵੀ ਕਰਾਂਗੇ ਭਗਵੰਤ ਮਾਨ ਸੀਐਮ ਬਣੂਗਾ ਕਹਿੰਦੇ ਹੁਣ ਜੋ ਮਰਜ਼ੀ ਹੋ ਜਾਵੇ ਅੱਖਾਂ ਬੰਦ ਕਰਕੇ ਕਹਿ ਦਿੰਦੇ ਝਾੜੂ ਤੇ ਪਾ ਦੇਣਾ ਨੇਰੀ ਲਿਆ ਦਾਂਗਾ ਨੇਰੀ ਬਸ ਚੱਕ ਦਾਂਗੇ ਫੱਟੇ ਝਾੜੂ ਦੀ ਨੇਰੀ ਆਊਗੀ ਜੀ ਇਸ ਵਾਰ ਝਾੜੂ ਦੀ ਨੇਰੀ ਪੂਰੀ ਆਊਗੀ ਹਰ ਕਿਤੇ ਆਊਗੀ ਸੀਐਮ ਬਣੂਗੇ ਭਗਵੰਤ ਮੈਂ ਜਾਣਨਾ ਚਾਹੁੰਦਾ ਕਿ ਅਸੀਂ ਕਿਹੜੇ ਮੁੱਦਿਆਂ ਨੂੰ ਵੇਖ ਕੇ ਅਸੀਂ ਵੋਟ ਪਾਵਾਂਗੇ ਕਿਉਂਕਿ ਅੱਜ ਦੀ ਜੇਕਰ ਗੱਲ ਕਰੀਏ ਸੂਬਾ ਤਰਾਸਦੀ ਆ ਸਿੱਖਿਆ ਸਹੂਲਤਾਂ ਨੂੰ ਲੈ ਲਈਏ ਬੇਰੁਜ਼ਗਾਰੀ ਨੂੰ ਲੈ ਲਈਏ ਜੇਬਾਂ ਦੇ ਵਿੱਚ ਜਦੋਂ ਅਸੀਂ ਹੱਥ ਪਾਉਂਦੇ ਹਾਂ ਪੰਜੀ ਨਹੀਂ ਲੱਭਦੀ ਹੈਗੀ ਨੌਜਵਾਨ ਅੱਜ ਕੱਲ੍ਹ ਬੜੇ ਪਰੇਸ਼ਾਨ ਵੀ ਨੇ ਘਰਾਂ ਦੇ ਵਿੱਚ ਮਾਤਾਵਾਂ ਨੇ ਦਵਾਈ ਦਾ ਖਰਚ ਬਜ਼ੁਰਗ ਨੇ ਜਿਹੜੇ ਬਿਮਾਰ ਪੈਂਦੇ ਨੇ ਉਹ ਕਿੱਥੋਂ ਪੂਰਾ ਕਰੀਏ ਅਸੀਂ ਤੁਸੀਂ ਦੱਸ ਦਿਓ ਮੇਨ ਪ੍ਰੋਬਲਮ ਜੀ ਐਜੂਕੇਸ਼ਨ ਦੀ ਅਤੇ ਹੈਲਥ ਦੀ ਅਨਇੰਪਲੋਇਮੈਂਟ ਦੀ ਇਹ ਤਿੰਨ ਮੇਨ ਪ੍ਰੋਬਲਮਸ ਆ ਜਿਹੜੀਆਂ ਇੱਥੇ ਆਪਣੇ ਅਸੀਂ ਫੇਸ ਕਰਦੇ ਹਾਂ ਅਸੀਂ ਵੀ ਹੁਣ ਯੰਗ ਜਨਰੇਸ਼ਨ ਆ ਅਤੇ ਅਸੀਂ ਜ਼ਿਆਦਾ ਤਾਂ ਅਨਇੰਪਲੋਇਮੈਂਟ ਜੋਬ ਤਾਂ ਕਿਸੇ ਨੂੰ ਮਿਲ ਨਹੀਂ ਰਹੀ ਜੀ ਠੀਕ ਆ ਜੀ ਮੇਨ ਤਾਂ ਆਹੀ ਤਿੰਨ ਕਾਰਨ ਆ ਜੀ ਅਤੇ ਬਾਕੀ ਪੈਸੇ ਦੀ ਰਹੀ ਗੱਲ ਪੈਸਾ ਤਾਂ ਜੀ ਕਿਸੇ ਦੀ ਜੇਬ ਵਿੱਚ ਛੱਡਿਆ ਹੀ ਨਹੀਂ ਇਹਨਾਂ ਨੇ ਹੈਗਾ ਪੈਸੇ ਦਾ ਤਾਂ ਬਹੁਤ ਔਖਾ ਕਰਿਆ ਪਿਆ ਇਹਨਾਂ ਨੇ ਮੈਂ ਸੁਣਿਆ ਕਹਿੰਦੇ ਚੰਨੀ ਸਾਹਿਬ ਦੇ ਰਿਸ਼ਤੇਦਾਰ ਦੇ ਘਰ ਕਹਿੰਦੇ ਬੜੇ ਕਰੋੜਾਂ ਰੁਪਏ ਮਿਲੇ ਨੇ ਇਹ ਮਿਲ ਸਕਦੇ ਆ ਜੀ ਉਹ ਸੀ ਐਮ ਸਾਹਿਬ ਦੇ ਰਿਸ਼ਤੇਦਾਰ ਸੀ ਮਿਲ ਸਕਦੇ ਆ ਜਦੋਂ 100 ਦਿਨ 'ਚ 10 ਕਰੋੜ ਉਹਨਾਂ ਦਾ ਭਾਣ ਜਿਹਾ ਕਮਾ ਗਿਆ ਚੰਨੀ ਸਾਹਿਬ ਨੇ ਕਿੰਨੇ ਕਮਾਏ ਹੋਊਗੇ ਇਹ ਦੱਸੋ ਐਫੀਡੈਵਿਟ 'ਚ ਤਾਂ ਕਹਿੰਦੇ ਮੇਰੇ ਕੋਲ ਤਾਂ 1 ਕਰੋੜ ਕੁਝ ਕੁ ਲੱਖ ਦੀ ਬਸ ਜਾਇਦਾਦ ਉਹ ਤਾਂ ਹੁਣ ਜੋ ਮਰਜ਼ੀ ਕਹੀ ਜਾਣ ਉਹ ਕਹਿੰਦੇ 1 ਕਰੋੜ ਸੂਬੇ ਦਾ ਮੁੱਖ ਮੰਤਰੀ ਕਹਿੰਦੇ 1 ਕਰੋੜ ਕੁਝ ਕੁ ਲੱਖ ਰੁਪਏ ਹੋਊਗੇ 100 ਕਰੋੜ ਦੀ ਗੱਲ ਕਰੀ ਹੋਣੀ ਉਹਨਾਂ ਭੁੱਲ ਕੇ ਸ਼ਾਇਦ 1 ਕਰੋੜ ਕਹਿਤਾ ਉਹਨਾਂ ਨੇ 100 ਕਰੋੜ ਹੋਊਗਾ ਹਾਂਜੀ ਇੱਧਰ ਉੱਧਰ ਵੀ ਹੋ ਸਕਦੀ ਆ ਜੀਰੋ ਇੱਧਰ ਉੱਧਰ ਵੀ ਹੋਣੀ ਬੜੀ ਗੱਲ ਨਹੀਂ ਹੈਗੀ ਪਰ ਇੱਕ ਗੱਲ ਇਹ ਮੈਂ ਦੇਖੀ ਆ ਕਹਿੰਦੇ ਭਗਵੰਤ ਮਾਨ ਨੂੰ ਅਨਪੜ੍ਹ ਦੱਸੀ ਜਾਂਦੇ ਨੇ ਵੱਡੀਆਂ ਸਟੇਜਾਂ ਤੋਂ ਕਹਿੰਦੇ 12ਵੀਂ ਦੇ ਵਿੱਚ 3 ਸਾਲ ਲਾਏ ਨੇ ਕਹਿੰਦੇ ਇੱਦਾਂ ਦਾ ਆਦਮੀ ਕਹਿੰਦਾ ਸੂਬੇ ਨੂੰ ਚਲਾ ਸਕਦਾ ਤੁਸੀਂ ਦੱਸ ਦਿਓ ਨਾ ਨਾ ਜੀ ਇਹ ਤਾਂ ਇਹਨਾਂ ਦੀਆਂ ਕਹਿਣੇ ਦੀਆਂ ਗੱਲਾਂ ਜੀ ਹੁਣ ਇਹ ਤਾਂ ਹੁਣ ਜਦੋਂ ਆਊਂਗਾ ਭਗਵੰਤ ਮਾਨ ਸਾਡਾ ਸੀ ਐਮ ਬਣੂੰਗਾ ਉਹ ਲੱਗ ਜੂਗਾ ਪਤਾ ਕਿਹੜਾ ਅਨਪੜ੍ਹ ਆ ਕਿਹੜਾ ਪੜ੍ਹਿਆ ਲਿਖਿਆ ਕਈ ਵਾਰ ਘੱਟ ਪੜ੍ਹਿਆ ਵੀ ਪਤੇ ਦੀ ਗੱਲ ਕਰ ਜਾਂਦਾ ਉਹ ਤਾਂ ਹੈਗਾ ਹੀ ਹੈ ਜੀ ਉਹ ਹੁਣ ਬਾਕੀ ਲੱਗ ਜੂਗਾ ਪਤਾ ਆਉਣ ਵਾਲੀ 10 ਤਰੀਕ ਨੂੰ ਹੋ ਜਾਣਾ ਫੈਸਲਾ ਸਾਰਾ ਵੀ ਕਿਆ ਹੁੰਦਾ ਹੈ
ਬਾਕੀ ਉਸ ਤੋਂ ਬਾਅਦ ਸਭ ਨੂੰ ਲੱਗ ਜੂਗਾ ਜੀ ਪਤਾ ਕਿਹੜਾ ਅਨਪੜ੍ਹ ਕਿਹੜਾ ਪੜ੍ਹਾ ਲਿਖਿਆ। ਤਾਂ ਉਹਦੇ ਕੋਲ ਡਿਗਰੀਆਂ ਸਰਟੀਫਿਕੇਟ ਹੋਣਗੇ, ਮੋਦੀ ਮੰਗਣਾ ਤਾਂ ਨਹੀਂ ਹੈ ਬਈ ਜਾਲੀ ਬਣਾ ਕੇ ਦੇ ਦਿੱਤੇ, ਮੋਦੀ ਵਾਲਾ ਕੰਮ ਤਾਂ ਨਹੀਂ ਹੋਊਗਾ। ਜਿੰਨਾ ਪੜ੍ਹਿਆ ਉਹਨਾਂ ਤਾਂ ਉਹ ਸ਼ੋਅ ਕਰੂਗਾ, ਮੈਂ ਇੰਨਾ ਸ਼ੋਅ ਦੀ ਗੱਲ ਕਰ ਰਿਹਾ। ਤੁਸੀਂ ਕੇਂਦਰ ਸਰਕਾਰ ਨੂੰ ਭੰਡਣਾ ਨਹੀਂ ਹਟਣਾ? ਨਹੀਂ ਨਹੀਂ, ਕੇਂਦਰ ਸਰਕਾਰ ਨੂੰ ਤਾਂ ਕਦੇ ਵੀ ਨਹੀਂ ਹਟ ਸਕਦੇ ਭੰਡਣਾ, ਕਿ ਕਿਸਾਨੀ ਮੁੱਦਾ ਸਾਡਾ ਮੇਨ ਮੁੱਦਾ ਤਾ ਜੀ, ਜਿਹਦੇ ਪਰ ਮੋਦੀ ਨੇ ਸਾਨੂੰ ਇੰਨਾ ਰਲਾਇਆ, ਉੱਥੇ ਰੋਲ ਕੇ ਰੱਖ ਦਿੱਤੇ ਜੀ, ਇੱਕ ਸਾਲ ਪੂਰਾ ਰੋਲ ਕੇ ਰੱਖਿਆ ਮੋਦੀ ਨੇ ਸਾਨੂੰ। ਉਹਨੂੰ ਭੰਡਣੇ 'ਤੇ ਅਸੀਂ ਹਟੇ ਨਹੀਂ ਸਕਦੇ ਜੀ, ਸਾਰੀ ਜ਼ਿੰਦਗੀ ਨਹੀਂ ਹਟਾਂਗੇ ਜੀ ਮੋਦੀ ਨੂੰ ਭੰਡਣੇ 'ਤੇ। ਬਿਲਕੁਲ, ਹਾਂਜੀ। ਤੁਸੀਂ ਦੱਸ ਦਿਓ ਜੀ, ਕਹਿੰਦੇ ਕਿ ਮੇਰੇ ਕੋਲ, ਮੈਂ PhD ਕਰ ਰਿਹਾ, ਮੈਂ MA ਕੀਤੀ ਹੋਈ ਹੈ, ਮੈਂ MBA ਕੀਤੀ ਹੋਈ ਹੈ, ਕਹਿੰਦੇ ਉਹ ਤਾਂ ਅਨਪੜ੍ਹ ਆਦਮੀ ਹੈ, ਕਹਿੰਦੇ ਭਗਵੰਤ ਮਾਨ ਜੇ ਪੜ੍ਹੇ ਲਿਖੇ ਆ ਤਾਂ ਭ੍ਰਿਸ਼ਟਾਚਾਰ ਬਣਾ ਫੈਲਾ ਸਕਦੇ ਤੁਸੀਂ, ਤਾਂ ਆਪਣੇ ਸੂਬੇ ਨੂੰ ਬਰਬਾਦ ਕਰ ਦਿਓ ਜੇ ਪੜ੍ਹੇ ਲਿਖੇ ਆ ਤੁਸੀਂ। ਜੇ ਘੱਟ ਪੜ੍ਹਿਆ ਲਿਖਿਆ ਬੰਦਾ ਸੂਬੇ ਨੂੰ ਬਚਾ ਸਕਦਾ, ਅਸੀਂ ਤਾਂ ਉਹਨੂੰ ਵਿਆਵਾਂਗੇ ਵੋਟ। ਤੁਸੀਂ ਹੁਣ ਦੇਖੋ, ਪੜ੍ਹੇ ਲਿਖੇ ਇੰਜੀਨੀਅਰ ਹੁੰਦੇ ਕਿਤਾਬਾਂ, ਜਿਹੜਾ ਅਨਪੜ੍ਹ ਆ ਉਹ ਪ੍ਰੈਕਟੀਕਲੀ ਕੰਮ ਕਰਦਾ, ਉਹਨੂੰ ਜ਼ਿਆਦਾ ਨੌਲੇਜ ਹੁੰਦੀ ਆ ਪੜ੍ਹੇ ਲਿਖੇ ਨਾਲੋਂ। ਜਿਹਨੂੰ ਪ੍ਰੈਕਟੀਕਲ ਕੰਮ ਕਰ ਲਿਆ ਵਾ ਉਹਨੂੰ ਨੌਲੇਜ ਜ਼ਿਆਦਾ, ਇਹ ਤਾਂ ਕਹਿਣ ਦੀਆਂ ਗੱਲਾਂ ਹੈ ਵੀ ਪੜ੍ਹਿਆ ਲਿਖਿਆ ਅਨਪੜ੍ਹ, ਇਹਦਾ ਅਨਪੜ੍ਹ ਰੋਲਣ ਲੱਗੀ ਵੀ ਸਰਕਾਰਾਂ ਵੀ ਅਤੇ ਲੋਕ ਦੁਨੀਆ ਇਹਦੇ ਕੰਮ 'ਚ ਲੱਗ ਗਈ ਵੀ ਅਨਪੜ੍ਹ ਹੈ ਬੰਦਾ, ਅਨਪੜ੍ਹ ਨੂੰ ਜਦ ਕੇ ਜ਼ਿਆਦਾ ਨੌਲੇਜ ਹੁੰਦੀ ਆ ਪ੍ਰੈਕਟੀਕਲ ਜ਼ਿਆਦਾ। ਪੜ੍ਹਿਆ ਲਿਖਿਆ ਵੀਰ ਜੀ ਅਨਪੜ੍ਹ ਨਹੀਂ ਹੈਗਾ, ਇਹ ਹੁਣ ਜੋ ਮਰਜ਼ੀ ਬੋਲੀ ਜਾਣ। ਪੜ੍ਹਤਾ ਉਹ ਹੁੰਦਾ ਕਿ ਜਿਹਨੂੰ ਮਤਲਬ ਅੱਖਰ ਲਿਖੇ ਹੋਏ ਨੇ, ਅੱਖਰ ਪਛਾਣਨੇ ਨਾ ਹੋਣ, ਉਹਨੂੰ ਕਹਿੰਦੇ ਅਨਪੜ੍ਹ। ਸੁਖਵੀਰ ਬਾਦਲ ਹੋ ਗਿਆ, ਚੰਨੀ ਹੋ ਗਿਆ, ਜਿਹਨੂੰ ਮਰਜ਼ੀ ਬਿਠਾ ਲਓ, ਜਿੰਨੀ ਨੌਲੇਜ ਭਗਵੰਤ ਮਾਨ ਨੂੰ ਉਹਦੇ ਬਰਾਬਰ ਗੱਲ ਕਰਕੇ ਦਿਖਾ ਦੇਵੇ, ਜੇ ਉਹਨੂੰ ਡਿਬੇਟ 'ਤੇ ਹਰਾ ਜਾਵੇ ਇਹ ਜਿੱਥੇ ਕਹੂੰਗੇ ਉੱਥੇ ਵੋਟ ਪਾਉਂਗੇ, ਜੇ ਭਗਵੰਤ ਮਾਨ ਡਿਬੇਟ 'ਤੇ ਹਰਾ ਦੇਵੇ ਇਹ। ਫਿਰ ਸਿੱਧਾ ਚੇਤਾਵਨੀ ਹੋ ਗਈ ਸਰਕਾਰੋਂ, ਚੈਲੇਂਜ ਹੋ ਗਿਆ, ਚੈਲੇਂਜ। ਇਹ ਡਰਦੇ ਆ ਭਗਵੰਤ ਮਾਨ, ਜੇ ਭਗਵੰਤ ਮਾਨ ਆ ਗਿਆ ਅਸੀਂ ਭ੍ਰਿਸ਼ਟ ਕੀਤੇ, ਭ੍ਰਿਸ਼ਟਾਚਾਰ ਬਹੁਤ ਖਿਲਾਇਆ ਵਾ, ਅਸੀਂ ਬਹੁਤ ਠੱਗੀਆਂ ਠੋਰੀਆਂ ਕੀਤੀਆਂ ਵੀ ਸਾਨੂੰ ਕਹਿੰਦਾ ਠੁੱਕ ਦੇਣਾ, ਇਸ ਕਰਕੇ ਡਰਦੇ ਬਸ ਉਹ ਨਾ ਆ ਜਾਵੇ। ਇਹ ਸਾਰੀਆਂ ਪਾਰਟੀਆਂ ਰਲ ਕੇ ਉਹਨੂੰ ਹਰਾਉਣਾ ਚਾਹੁੰਦੀਆਂ ਵੀ ਭਗਵੰਤ ਮਾਨ ਆ ਜਾਵੇ ਬਸ ਕਿਤੇ। ਥੋੜੇ ਦਿਨ ਬਾਅਦ ਕਹਿਣੇ ਵਾਲੇ ਆ, ਜੇ ਕਾਂਗਰਸ ਨੂੰ ਨਹੀਂ ਤਾਂ ਅਕਾਲੀਆਂ ਨੂੰ ਜਿਤਾ ਦਿਓ, ਜੇ ਅਕਾਲੀਆਂ ਨੂੰ ਤਾਂ ਕਾਂਗਰਸ ਨੂੰ ਜਿਤਾ ਦਿਓ, ਕਹਿੰਦੇ ਨਾ ਐਂ ਕਹਿਣਾ ਭਗਵੰਤ ਮਾਨ ਨਹੀਂ ਆਉਣ ਦੇਣਾ, ਇਹਨਾਂ ਨੇ ਜ਼ੋਰ ਪੂਰਾ ਲਾ ਦੇਣਾ ਜੀ ਆਪਣਾ ਵੀ ਭਗਵੰਤ ਮਾਨ ਨਾ ਆਵੇ। ਹੋਣਾ ਨਹੀਂ ਇੱਦਾਂ, ਜ਼ੋਰ ਇਹਨਾਂ ਨੇ ਲਾਉਣਾ ਹੈ ਪਰ ਹੋਣਾ ਨਹੀਂ ਇੱਦਾਂ। ਇਸ ਵਾਰ ਤਾਂ ਸਫਾਇਆ ਹੋਣਾ, ਝਾੜੂ ਫਿਰਨਾ ਪੱਕਾ। ਕਹਿੰਦੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਵੀ ਪੂਰਾ ਜ਼ੋਰ ਲਾ ਲਿਆ ਸੀ ਆਮ ਆਦਮੀ ਪਾਰਟੀ ਨੇ, ਕਹਿੰਦੇ ਉੱਥੇ ਭਾਜਪਾ ਦਾ ਮੇਅਰ ਬਿਠਾ ਦਿੱਤਾ ਵੀ ਧੱਕਾ ਹੋਇਆ ਜੀ। ਦੇਖ ਲਓ ਸੈਂਟਰ 'ਚ ਸਰਕਾਰ ਤੀ, ਉਹ ਕਿਹੜੀ ਸੀਗੀ, ਉਹ ਕਿਰਨ, ਉਹਨੇ ਆ ਕੇ ਆਪਣੀ ਉਹ, ਜਦਕਿ ਉਹਨੂੰ ਅਧਿਕਾਰ ਹੀ ਨਹੀਂ ਹੈਗਾ ਉੱਥੇ ਵੋਟ ਪਾਉਣ ਦਾ, ਉਹ ਫਿਰ ਵੀ ਕਿੱਦਾਂ ਵੋਟ ਪਾ ਗਈ ਆ ਕੇ ਉਹ, ਸ਼ਰੇਆਮ ਧੱਕਾ ਹੋਇਆ ਜੀ ਉੱਥੇ ਵੀ। ਹੁਣ ਇਹੀ ਚੀਜ਼ ਪੰਜਾਬ 'ਚ ਹੋਣੀ ਹੈ, ਪਰ ਐਤਕੀ ਜੇ ਹੋਈ ਪੰਜਾਬ 'ਚ ਵੈਸੇ ਹੋਣ ਤਾਂ ਦੇਣੀ ਨਹੀਂ ਲੋਕਾਂ ਨੇ, ਤੁਹਾਨੂੰ ਪਤਾ ਹੀ ਆ ਹੁਣ ਲੋਕ ਜਾਗਰੂਕ ਹੋ ਗਏ ਵੇ ਆ, ਐਤਕੀ ਤਾਂ ਡੰਡਾ ਫਿਰੂੰਗਾ ਜੀ ਜੇ ਇੱਦਾਂ ਦਾ ਕੋਈ ਪੁੱਠਾ ਸਿੱਧਾ ਕੰਮ ਕਰੂੰਗਾ ਜੀ ਇੱਥੇ। ਮੁੜਿਆ ਤੂੰ ਦੱਸ ਦੇ ਫਿਰ, ਹੁਣ ਹੈਗਾ ਇਰਾਦਾ ਪੰਜਾਬ 'ਚ ਰਹਿਣ ਦਾ ਕਿ ਨਹੀਂ ਰਹੂੰਗੇ? ਹਲੇ ਤਾਂ ਦੇਖਦੇ ਆ ਜੀ, ਮਾਰਚ 10 ਕਹਿੰਦੇ 10 ਮਾਰਚ ਤੱਕ ਦੀ ਉਡੀਕ ਆ, ਹਲੇ ਤਾਂ ਦੇਖਣਾ ਹੈ ਜੀ, ਹਲੇ ਕਿੱਥੇ ਜਾ ਰਹੇ, ਹਜੇ ਤਾਂ 2-4 ਸਾਲ ਉਰੀ ਹੈ, ਮੈਨੂੰ ਲੱਗਦਾ ਤਾਂ ਹੈਗਾ ਜਿੱਦਾਂ ਦਿੱਲੀ ਐਨ ਸਵਾਰਿਆ ਉਰੇ ਵੀ ਸਭ ਕੁਝ ਕਰੂੰਗੇ ਸੈੱਟ। ਕਿਹਦਾ ਜੀ ਕਰਦਾ ਆਪਣੇ ਮਾਂ ਪਿਓ ਨੂੰ ਇਕੱਲਾ ਛੱਡ ਕੇ ਸੂਬੇ ਦੇ ਵਿੱਚ ਜਾਵੇ? ਕਿਹਦਾ ਨਹੀਂ ਕਰਦਾ ਜੀ, ਕੋਈ ਵੀ ਨਹੀਂ ਕਰਦਾ, ਜਦ ਹੈ ਹੀ ਨਹੀਂ ਉਰੇ ਕੁਛ ਤਾਂ ਹੀ ਜਾਂਦੇ ਆ ਜੀ, ਜਦ ਡਿਗਰੀਆਂ ਕਰੀਆਂ ਮੈਂ ਹੁਣ ਕਿੰਨੇ 5-5, 10-15 ਲੱਖ ਦੀ ਸੀ ਡਿਗਰੀਆਂ ਕਰ ਲਈਆਂ, ਦਿਨ ਰਾਤ ਇੱਕ ਕਰਕੇ ਮਿਹਨਤ ਕਰੀ ਆ ਅਸੀਂ, ਹੈ ਨਾ ਜੀ, ਪੜ੍ਹੇ ਆ, ਸਾਰਾ ਕੁਛ ਕਰੇ ਆ। ਨੌਕਰੀ ਕਿੰਨੀ ਮਿਲਦੀ ਆ? 5000। ਮੈਂ ਮੈਡੀਕਲ ਫੀਲਡ 'ਚ ਆ, ਮੈਂ BSC ਨਰਸਿੰਗ ਕਰੀ ਆ ਜੀ, ਮੈਂ ਰੋਪੜ 'ਚ ਚਲੇ ਗਿਆ, ਇੱਥੇ ਸਾਨੂੰ ਲੋਕਲ ਪੈਂਦਾ ਹੈ। ਹੁਣ ਕੋਈ 5000 ਦੇ ਵੱਧ ਤਨਖਾਹ ਦੇਣ ਨੂੰ ਤਿਆਰ ਨਹੀਂ, ਤੁਸੀਂ ਆਪ ਦੱਸੋ ਕਿੱਦਾਂ 5000 'ਚ ਕੋਈ ਗੁਜ਼ਾਰਾ ਕਰ ਲੂੰਗਾ ਜੀ। ਪੜ੍ਹਾਈ ਵੇਲੇ ਕਿੰਨਾ ਖਰਚ ਹੋ ਗਿਆ? ਪੜ੍ਹਾਈ ਵੇਲੇ ਹੁਣ ਤੁਸੀਂ ਲਾ ਲਓ ਜੀ 1-2 ਲੱਖ ਰੁਪਏ ਇੱਕ ਸਾਲ ਦਾ ਸਾਡਾ ਪੱਕਾ ਸੀਗਾ, 4 ਸਾਲ ਦੀ ਡਿਗਰੀ ਹੈ ਜੀ, ਘੱਟੋ ਘੱਟ ਵੀ 9-10 ਲੱਖ ਰੁਪਇਆ ਲੱਗ ਚੁੱਕਿਆ। ਫਿਰ ਉਸ ਤੋਂ ਬਾਅਦ ਰਿਜ਼ਲਟ 5000-6000 ਕੰਮ ਕਰਾਉਣਾ ਜੀ, ਕੁੱਤੇ ਆਵਾਂਗੇ ਦੁੱਗਣਾ ਕੰਮ ਲੈਂਦੇ ਜੀ ਸਾਤੋਂ। ਕਹਿੰਦੇ ਕੈਪਟਨ ਨੇ ਵੀ ਤਾਂ ਨੌਕਰੀਆਂ ਦਿੱਤੀਆਂ ਸੀ? ਕੈਪਟਨ ਵਾਲੀਆਂ ਦਾ ਸਾਨੂੰ ਪੈਨਸ਼ਨ ਵੀ ਲੱਗ ਗਈ ਜੀ ਉਹਦੀ ਤਾਂ। ਕਹਿੰਦੇ ਰੁਜ਼ਗਾਰ ਮੇਲੇ ਲੱਗੇ ਨੇ, ਤੁਹਾਡੇ ਪਰਿਵਾਰ 'ਚੋਂ ਕਿਸੇ ਨੂੰ ਮਿਲੇ ਹੋ ਵੀ ਨੌਕਰੀ? ਸਾਡੀਆਂ 3 ਪੀੜ੍ਹੀਆਂ ਲੰਘ ਗਈਆਂ ਜੀ, ਕੋਈ ਸਰਕਾਰੀ ਨੌਕਰੀ ਨਹੀਂ, ਕੋਈ ਸਾਨੂੰ ਸਰਕਾਰੀ ਫਾਇਦਾ ਨਹੀਂ ਮਿਲਿਆ ਕੋਈ ਵੀ ਅੱਜ ਤੱਕ। ਅਸੀਂ ਸਾਨੂੰ ਸਿਲੰਡਰ 'ਚ ਸਬਸਿਡੀ ਨਹੀਂ ਮਿਲੀ, ਤੁਹਾਨੂੰ ਦੱਸ ਦਈਏ ਸਬਸਿਡੀ ਤਾਂ ਤੁਸੀਂ ਛੱਡ ਦਿਓ, ਸਬਸਿਡੀ ਤਾਂ ਅੱਜ ਵੀ ਨਹੀਂ ਮਿਲ ਰਹੀ ਹੈਗੀ ਕਿਸੇ ਨੂੰ ਵੀ। ਨਹੀਂ ਚਲੋ ਜਦ ਮਿਲਦੀ ਸੀ ਨਾ, ਜਦ ਵੀ ਨਹੀਂ ਮਿਲੀ, ਹੋਰ ਵੀ ਕੋਈ ਕੰਮ ਆ ਸਰਕਾਰੀ ਸਾਨੂੰ ਕਦੀ ਨਾ ਕਦੇ ਤੱਕਿਆ ਉਹਨਾਂ ਵੱਲ, ਨਾ ਸਾਨੂੰ ਕੋਈ ਫਾਇਦਾ ਮਿਲਿਆ, ਨਾ ਅਸੀਂ ਲੈਣਾ ਚਾਹੁੰਦੇ ਆ, ਅਸੀਂ ਚਾਹੁੰਦੇ ਸਾਨੂੰ ਰੁਜ਼ਗਾਰ ਮਿਲੇ, ਫਰੀ ਦਾ ਨਹੀਂ, ਅਸੀਂ ਭਾਲਦੇ ਵੀ ਫਰੀ ਸਾਨੂੰ ਫਰੀ ਦਾ ਮਿਲੇ, ਫਰੀ ਦਾ ਨਹੀਂ ਕੋਈ ਵੀ ਚਾਹੀਦਾ, ਸਾਨੂੰ ਰੁਜ਼ਗਾਰ ਮਿਲਣੇ ਚਾਹੀਦੇ ਆ, ਸਾਡੇ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਆ। ਹੁਣ ਸਕੂਲ ਬੰਦ ਕਰ ਦਿੰਦੇ, ਇਹ ਕਰੋਨਾ ਆ ਗਿਆ ਜੀ, ਕਰੋਨਾ ਸਕੂਲਾਂ 'ਚ ਆਉਂਦਾ ਹੈ ਜੀ, ਬਿਲਕੁਲ ਇਹ ਬਹੁਤ ਵੱਡਾ ਵਿਚਾਰਨ ਵਾਲਾ ਮਸਲਾ ਹੈ ਬਾਈ ਜੀ। ਗੱਲਬਾਤ ਅਸੀਂ ਹਾਸੀ ਦੇ ਵਿੱਚ ਟਾਲ ਦਿੰਦੇ ਹਾਂ, ਪਰ ਵੱਡੀ ਤਰਾਸਦੀ ਹੈ, ਇੱਕ ਸੂਬਾ ਬੜੇ ਮਾੜੇ ਟਾਈਮ ਤੋਂ ਗੁਜ਼ਰ ਰਿਹਾ,
कहते बड़िया औकड़ा ने जिहड़ियां सूबे ने सहारिया ने अज वह लोग ने जिहड़े माड़े टाइम दे विच सूबे नूं छड्ड के चले गए सी बाहर अज कहिंदे ने कि असीं सूबे लई खड़े हाँ इशारा समझ के होंगे मैं समझ गया जी वह सिर्फ चौधर दे भुखे है जी कुर्सी दे पैसे वास्ते आ रहे कुछ अभी भी असं पैसा जोड़ ली चनी वागू जी चनी के भांडे चनी ने जोड़े भी असं इदा जोड़ ली होर कुछ नहीं उन्होंने उन्होंने पंजाब वास्ते कोई दुख तकलीफ नहीं है उन्होंने वो सिर्फ अपने अपनी चौधर ये वास्ते है बस आप कहें भी देखो अकाली कांग्रसी जिन्हें भी है सब देख ले हूँ जो कट्टड़ अकाली कांग्रसी वो भी एक मौका भगवंत मान दे दो बस साढ़े कहने तो एक बार दे दो अगली बार असंटे जो कहे जिन्ना ही करूंगा कुछ कहते बलात्कारी राम रहीम बाहर आया हुआ 21 दिन कहते कहते जेडे अपन सज़ा पूरी कर गए ने प्रोफेसर भुल्लर वर्गे उन्होंने जेलों के डकया होया किस तरह वेखते हो एक बलात्कारी बाहर घूम रहा है खुलेआम फिर रहा है अपने सूबे दे विच फिर रहा है 2022 दीआं चोणां नूं लैके भी कितना कितने जोड़िया जा रहा है कि शायद ये किसी पार्टी वालों मदद की गई है बाहर ले जाने की लीडरां नाल जारी है जी जिहड़े साडे सिंह उन्हां दी जारी है नहीं लीडरां गंदे नाल वो गंदे लीडरां नाल जारी नहीं रखते गंदे लीडर अड़ाए उन्होंने मंबर नाल अड़ाए कि नहीं अड़ाए उन्होंने गंदे लीडर जारी नहीं रखी ये रखते हैं तां बाहर आंदे है इन्हां दे मनां च भुलेखा भी राम रहीम कोल वोटां है भी जिहड़े बाकी बंदी सिंह इन्हां दीआं वोटां नहीं हैगीआं इन्हां दीआं भी वोटां बहुत है इन्हां नूं अंदर डक के रखना चाहुंदे आ कोई टाइम आऊगा ये भी बाहर आऊंगे टाइम आऊगा बदलूगा टाइम बदला टाइम हाँ जी कुछ बहुत लगता तुसीं बदला लैके आऊंगे फिर सो पिंड कनौली दे विच विजन पंचायत लगी है बजुर्ग तो लैके बच्चा की कह रहा है तुहाडे तक पहुँचाई गई ने गल्लां किस तरह सूबा सुरखरू हो सकता है किस तरह सूबे दे विच मुड़ वो खुशहाली आ सकती है सेहत सहूलतों लैके रुजगार नू लैके सिक्ख्या नू लैके किस तरह सूबा मुड़ अपने पैरां ते खड़ा हो सकता है सो पिंड वासियां ने अपनी गल्लां ने जिहड़ियां सांझियां कीतियां ने की सोचते हैं 2022 दीआं चोणां नू लैके की सोचते ने आउण वाली सरकार नू लैके एक एक गल तुहाडे तक सांझी कीती गई है सो लगातार असीं कोशिश कर रहे हैं वख-वख पिंडां दे विच जाके लोकां नाल गल्लबात कीती जावे कि वह की सोचते हैं उन्हां दे ज़हन दे विच की है सो समां इजाजत मंग रहा इन्हां शब्दां दे नाल ही सानू वीडियो इजाजत वेखदे रहो विजन पंजाब टीवी हर कदम तुहाडे नाल।